It's your body, body, Baba. Corona uncle aaye ta sare desh na corona di dawai labban lag pe koi na kamzor dil da corona hunda na tadam nal is aunty ne te dara ke maar mukana si oh ta corona piche cheen da hath chhi par lockdown band rumi corona ta khulla hi turya firda hai ta fayda ho gaya na tusi ta pass hoge na jo kam koi mard na kar sakya oh corona ne kar dikhaya saariyan kittiyan band kada ke inna aurtan nu ghar bithaya दोस्तों जेकर तुसी YouTube तो पैसे कमाना चाहते हो या फेमस होना चाहते हो तो मैं तुहाडे लई कोर्स लेके आया YouTube मास्टरी कोर्स। ये कोर्स 699 रुपए का। इस कोर्स विच मैं वो सिखाया जो अपने 9 साल YouTube करियर तो सीखा। इस कोर्स में ज्वाइन करके तुसी अपने सुपने पूरे कर सकते हो। लिंक डिस्क्रिप्शन विच दिता। साडे पिछले प्रोग्राम विच दो सवालों का जवाब देके पास हुई रूमी अज एक बार फिर साडे दरमियान है। आओ करिए अपनी रूमी नाल दो मिठियां मिठियां गल्लां। हेलो रूमी। ਮੈਂ ਬੇਟਾ ਤੁਹਾਨੂੰ ਪਾਸ ਹੋਣ ਲਈ ਬਹੁਤ ਬਹੁਤ ਵਧਾਈ ਹੋਵੇ। ਹੁਣ ਤੁਸੀਂ ਮੈਨੂੰ ਇਸ ਤਰ੍ਹਾਂ ਦੱਸੋ ਕਿ ਆਪਣੀ ਨੈਕਸਟ ਕਲਾਸ ਲਈ ਤੁਹਾਡੀ ਕੀ ਪਲੈਨਿੰਗ? ਜਿਹੜੀ ਪਟੜਾਤੀ ਆਫਟਰ ਗੈਟਿੰਗ ਪਾਸਟ ਵੇ ਮੀ ਹੈਪੀ ਔਰ ਮੈਂ ਆਪਣੀ ਅਗਲੀ ਕਲਾਸ ਲਈ ਨਾ ਜਿਵੇਂ ਸਾਡੇ ਭਾਰਤ ਵਿੱਚ ਨੈਸ਼ਨਲ ਲੈਵਲ ਤੇ ਡਿਫਰੈਂਟ ਪਲੈਨਿੰਗ ਹੁੰਦੀ ਹੈ ਨਾ ਉਦਾਂ ਦੀ ਪਲੈਨਿੰਗ ਕਰੂੰ। ਰੂਮੀ ਕਿਹੜੀ ਨੈਸ਼ਨਲ ਲੈਵਲ ਦੀ ਡਿਫਰੈਂਟ ਪਲੈਨਿੰਗ? ਰਿਪੋਰਟਰ ਆਂਟੀ ਜਿੱਦਾਂ ਕਰੋਨਾ ਅੰਕਲ ਆਏ ਤਾਂ ਸਾਰੇ ਦੇਸ਼ ਨਾ ਕਰੋਨਾ ਦੀ ਦਵਾਈ ਲੱਭਣ ਲੱਗ ਪਏ ਤੇ ਸਾਡੇ ਭਾਰਤ ਵਿੱਚ ਸਾਰੇ ਲੋਕ ਥਾਲੀਆਂ ਸ਼ੰਖ ਤੇ ਕਲੀਆਂ ਲੱਭਣ ਲੱਗ ਪਏ। ਰਿਪੋਰਟਰ ਆਂਟੀ ਜੇ ਕੋਈ ਨਾ ਕਮਜ਼ੋਰ ਦਿਲ ਦਾ ਕਰੋਨਾ ਹੁੰਦਾ ਨਾ ਧੜਮ ਨਾਲ ਇਸ ਆਂਟੀ ਨੇ ਤਾਂ ਡਰਾ ਕੇ ਮਾਰ ਮੁਕਾਣਾ ਸੀ ਉਹ ਤਾਂ ਕਰੋਨਾ ਪਿੱਛੇ ਚੀਨ ਦਾ ਹੱਥ ਸੀ। ਸਾਰੇ ਦੇਸ਼ਾਂ ਨੇ ਆਪਣੇ ਦੇਸ਼ਾਂ ਵਿੱਚ ਹਸਪਤਾਲ ਬਣਾਏ ਤੇ ਸਾਡੇ ਦੇਸ਼ ਵਾਲਿਆਂ ਦੀ ਡਿਫਰੈਂਟ ਪਲੈਨਿੰਗ। ਅਸੀਂ ਦੀਵੇ ਜਗਾਏ। ਓ ਹੋ ਰੂਮੀ, ਇੰਡੀਆ ਇਜ਼ ਅ ਡਿਵੈਲਪਿੰਗ ਕੰਟਰੀ ਬੇਟਾ। ਬੜੀ ਪੁੱਟੜ ਆਂਟੀ, ਬਟਾ ਅਸੀਂ ਯਾ ਜਿੰਨੇ ਕਰੋਨਾ ਦੀ ਚਿੱਕਾ ਕੜਾ ਗਿਆ। ਕਰੋਨਾ ਨਾ ਰੋਂਦਾ ਫਿਰਦਾ, ਕੋਈ ਕਹਿੰਦਾ ਹਵਨ ਨਾਲ ਭੱਜੂ, ਕੋਈ ਕਹਿੰਦਾ ਗੋਮੂਤਰ ਪੀ ਲਵੋ, ਕੋਈ ਕਹਿੰਦਾ 5 ਤੋਂ 9 ਲੌਕਡਾਊਨ ਬੰਦ ਹੈ ਹੁਣ ਖੁੱਲ ਕੇ ਜੀ ਲਓ। ਪਰ ਲੌਕਡਾਊਨ ਬੰਦ ਹੈ ਰੂਮੀ, ਕਰੋਨਾ ਤਾਂ ਖੁੱਲਾ ਹੀ ਤੁਰਿਆ ਫਿਰਦਾ ਹੈ। ਹਾਂ ਤੇ ਇਹ ਗੱਲ ਸਮਝਦੇ ਤਾਂ ਸਾੜੇ ਆ, ਮੰਦਾ ਕੋਈ ਨਹੀਂ। ਚਲੋ ਰੂਮੀ ਕੋਈ ਗੱਲ ਨਹੀਂ ਬੇਟਾ, ਤੁਹਾਡਾ ਤਾਂ ਫਾਇਦਾ ਹੋ ਗਿਆ ਨਾ, ਤੁਸੀਂ ਤਾਂ ਪਾਸ ਹੋ ਗਏ ਨਾ। ਕਿਉਂ, ਮੇਰਾ ਕੀ ਫਾਇਦਾ ਹੋਇਆ? ਸਭ ਦਾ ਹੀ ਫਾਇਦਾ ਹੋਇਆ ਹੈ, ਇੱਕ ਬੱਚੇ ਦੀ ਜਾਨ ਲੈ ਲਓ। ਸਾਡਾ ਕੀ ਫਾਇਦਾ ਹੋਇਆ? ਕਿਉਂ, ਜੋ ਕੰਮ ਕੋਈ ਮਰਦ ਨਾ ਕਰ ਸਕਿਆ ਉਹ ਕਰੋਨਾ ਨੇ ਕਰ ਦਿਖਾਇਆ। ਸਾਰੀਆਂ ਕਿੱਟੀਆਂ ਬੰਦ ਕਰਾ ਕੇ ਇਹਨਾਂ ਔਰਤਾਂ ਨੂੰ ਘਰ ਬਿਠਾਇਆ। ਓ ਨੋ, ਤੇ ਜਿਹੜੀ ਜਿਹੜੀ ਗੰਗਾ ਰਾਜਕਪੂਰ ਅੰਕਲ ਨੇ ਮੈਰੀ ਕੀਤੀ ਸੀ ਉਹ ਕਿਸੇ ਸਰਕਾਰ ਤੋਂ ਸਾਫ ਨਹੀਂ ਹੋਈ, ਕਰੋਨਾ ਅੰਕਲ ਨੇ 1 ਮਹੀਨੇ ਚ ਸਾਫ ਕਰਤੀ। ਮੇਰੇ ਸਾਰੇ ਕਲਾਸਮੇਟਸ ਤੇ ਦਾਦਾ ਦਾਦੀ ਕੜੇ ਖਾਣਾ ਖਾਂਦੇ ਸੀ ਤੇ ਬਾਹਰ ਫਰੈਸ਼ ਹੋਣ ਜਾਂਦੇ ਸੀ ਤੇ ਸਾਡੇ ਮੰਮੀ ਪਾਪਾ ਬਾਹਰ ਖਾਣਾ ਖਾਂਦੇ ਸੀ ਤੇ ਘਰੇ ਫਰੈਸ਼ ਹੋਣ ਆਉਂਦੇ ਸੀ ਸਾਫ ਸੁਥਰੇ ਬੰਦੇ। ਇਸ ਲਈ ਰਿਪੋਰਟਰ ਮੈਡਮ, ਫਾਇਦਾ ਫੁਇਦਾ ਨਾ ਦੇਖੋ ਕਿੰਨੂ ਹੋਇਆ, ਕਰੋਨਾ ਦਾ ਨੁਕਸਾਨ ਬੜਾ ਹੈ, ਇਹ ਚਿਮੜਿਆ ਬੜਾ ਮਾੜਾ ਜੇ।